ਜਦੋਂ ਨਬੀ ਪਾਕ ਨੂੰ ਮੱਕੇ ਦੇ ਲੋਕਾਂ ਜ਼ਖਮੀ ਕਰ ਦੇਣਾ, ਇਸ ਪਾਕ ਬੀਬੀ ਨੇ ਮਰਹਮ ਕਰਨੀ ਜ਼ਖਮਾਂ ਤੇ। ਤੁਹਾਨੂੰ ਪਤਾ ਹੈ ਕਿ ਧੀਆਂ ਜਿਹੜੀਆਂ ਹੁੰਦੀਆਂ ਨੇ ਪਿਓਾਂ ਦੀਆਂ ਬੜੀਆਂ ਪਿਆਰੀਆਂ ਹੁੰਦੀਆਂ। ਇਮਾਮ ਪਾਕ ਦਾ ਫਰਮਾਨ ਹੈ, ਉਹਦੀ ਮਈਅਤ ਨੂੰ ਰੂਪ ਨਹੀਂ ਆਉਂਦਾ ਜਿਹਦੀ ਧੀ ਕੋਈ ਨਾ ਹੋਵੇ, ਕਿਉਂਕਿ ਜਿਵੇਂ ਹੁੰਦੀ ਹੈ ਨਾ। ਮੌਤ ਦਾ ਰੂਪ ਹੀ ਰੋਣ ਵਾਲੇ ਜਿਵੇਂ ਧੀ ਹੁੰਦੀ ਹੈ ਨਾ, ਇਹਦੇ ਜਿਹੇ ਕੋਈ ਹੁੰਦਾ। ਇਮਾਮ ਪਾਕ ਦਾ ਫਰਮਾਨ ਹੈ, ਉਸ ਮਈਅਤ ਨੂੰ ਰੂਪ ਨਹੀਂ ਆਉਂਦਾ ਜਿਹਦੀ ਕੋਈ ਧੀ ਹੀ ਨਾ ਹੋਵੇ। ਜਿਹਦਾ ਬਾਪ ਵੀ ਦੋਵਾਂ ਜਾਨਾਂ ਦੀ ਰਹਿਮਤ ਹੋਵੇ ਤੇ ਧੀ ਰਹਿਮਤ ਹੁੰਦੀ, ਤੇ ਜਿਹੜੀ ਰਹਿਮਤ ਅੱਲ੍ਹਾ ਆਲਮੀਨ ਵਾਸਤੇ ਰਹਿਮਤ ਬਣ ਕੇ ਆਈ ਹੋਵੇ ਉਹ ਕੈਸੀ ਬੇਟੀ ਹੈ। ਸੁਭਾਨ ਅੱਲ੍ਹਾ। ਪਾਕ ਬੀਬੀ ਨੇ ਮਰਹਮ ਕਰਨੇ ਨਾਲੇ ਹਜ਼ੂਰ ਦੇ ਜ਼ਖਮਾਂ ਦੇ ਤੇ ਨਾਲੇ ਸਰਕਾਰ ਦਾ ਲਿਬਾਸ ਪਾਕ ਆਪਣੇ ਪਾਕ ਹੱਥਾਂ ਨਾਲ ਸਾਫ ਕਰਨਾ ਤੇ ਨਾਲੇ ਪਾਕ ਬੀਬੀ ਨੇ ਰੋ ਪੜਨਾ। ਆਪ ਨੇ ਫਰਮਾਣਾ ਹੈ, ਲੋਕੋ ਮੇਰਾ ਬਾਬਾ ਤੇ ਅੱਲਾ ਵਾਲਾ ਅੱਲਾ ਦਾ ਰਾਹ ਦੱਸਦਾ ਹੈ, ਤੁਸੀਂ ਜ਼ਾਲਮੋ ਕਿਉਂ ਇਹਨਾਂ ਜ਼ੁਲਮ ਕਰਦੇ ਹੋ। ਆਲਮ ਮੈਂ ਯੂ ਸ਼ਰੀਕ ਰਿਸਾਲਤ ਹੈ ਫਾਤਿਮਾ, ਪਾਕ ਬੀਬੀ ਕਦੀ ਘਰੋਂ ਬਾਹਰ ਨਹੀਂ ਸਾ ਨਿਕਲੇ ਤੇ ਜਦੋਂ ਦੀਨ ਦੇ ਉੱਤੇ ਮੁਸ਼ਕਿਲ ਆਈ ਨਾ, ਦੀਨ ਤੇ ਮੁਸ਼ਕਲ ਕਿ ਨਸਰਾ ਨਹੀਂ ਸਣ ਜਾਵੇ ਉਹਨਾਂ ਪਹਿਲੂ ਖਾਨੇ ਕਾਬੇ ਤੇ ਹਮਲਾ ਕੀਤਾ ਹਾਥੀਆਂ ਦੀ ਫੌਜ ਨਾਲ। ਉਦੋਂ ਵੀ ਸ਼ਹੀਦਾਂ ਦੇ ਦਾਦੇ ਨੇ ਆਖਿਆ ਕਿ ਤੁਸੀਂ ਹਮਲਾ ਕਰੋ ਤੇ ਜਿਹਦਾ ਘਰ ਹੈ ਉਹ ਇਹਦੀ ਹਿਫਾਜ਼ਤ ਕਰਨੀ ਜਾਣਦਾ। ਉਹਨਾਂ ਹਮਲਾ ਕੀਤਾ, ਅੱਲਾ ਨੇ ਬਾਬੀ ਨਾਲ ਆਖਿਆ ਚਲੋ ਭਾਈ ਹੁਣ ਵੇਖੋ ਬਾਬੀ ਨੇ ਕਿੱਡਾ ਕੁ ਜਾਨਵਰ ਹੈ ਤੇ ਉਹਦੀ ਸੋਝ ਵਿੱਚ ਕਿੱਡਾ ਕੁ ਰੇਜ਼ਾ ਹੁੰਦਾ ਹੋਵੇ, ਸੰਗ ਰੇਜ਼ਾ। ਉਹ ਸੰਗ ਰੇਜ਼ਾ ਉਹਨਾਂ ਸੁੱਟਣਾ ਉੱਥੋਂ ਤੇ ਹਾਥੀ ਨੂੰ ਇੰਜ ਹੋਣਾ ਕਿ ਜਿਵੇਂ ਐਟਮ ਬੰਬ ਠੁੱਕ ਗਿਆ। ਉਹ ਜਿਹੜਾ ਉੱਥੇ ਸਵਾਰ ਹੋਣਾ ਉਹ ਵੀ ਪੁਰ, ਹਾਥੀ ਵੀ ਪੁਰ, ਇਹ ਅੱਲਾ ਦੀ ਸ਼ਾਨ ਹੈ। ਤੇ ਪਾਕ ਬੀਬੀ ਦੇ ਵਾਲੇ ਦੇ ਮੁਹਤਰਮ ਮੁਹੰਮਦ ਮੁਸਤਫਾ ਕਿ ਜਦੋਂ ਨਸਰਾਨੀਆਂ ਦੇ ਸਾਹਮਣੇ ਗਏ ਨਾ ਤੇ ਅੱਲਾ ਫਰਮਾਇਆ ਤੁਮ ਆਪਣੀ ਔਰਤ ਲਿਆਓ, ਤੇ ਸੈਯਦਾ ਫਾਤਿਮਾ ਤੋਂ ਜ਼ਹਰਾ ਗਿਆ ਲਿਆ। ਜਿੱਥੇ ਨਬੀ ਕਰੀਮ ਹੋਣ ਉੱਥੇ ਤਮਾਮ ਅੰਬੀਆਂ ਇੰਜ ਕਰਕੇ ਖਲੋਤੇ ਉਹਨਾਂ ਦੀਆਂ ਰੂਹਾਂ। ਜਿੱਥੇ ਸੈਯਦਾ ਫਾਤਿਮਾ ਤੋਂ ਜ਼ਹਰਾ ਹੋਣ ਉੱਥੇ ਤਮਾਮ ਜਨਤੀ ਔਰਤਾਂ ਇੰਜ ਕਰਕੇ ਖਲੋਤੀਆਂ ਹੁੰਦੀਆਂ। ਸਾਰੀਆਂ ਜਨਤੀ ਔਰਤਾਂ ਦਾ ਹੈਡ ਆਫਿਸ ਨਬੀ ਕਰੀਮ ਦੀ ਬੇਟੀ, ਇਤਨੀ ਪਰਦਾਦਾਰ ਹੈ ਬੀਬੀ ਕਦੇ ਨੀ ਬਾਹਰ ਆਈ, ਪਹਿਲੀ ਵਾਰੀ ਘਰ ਚੋਂ ਨਿਕਲੀ ਪਿਓ ਦੀ ਦੇਰ ਗਵਾ
ڈاکٹر محمد اقبال آپ بھی فقیر ہستیاں ہیں, آپ لکھتے رہے فارسی وچ بریا میں از یک نسبت ہے عیسیٰ عزیز آدھے ماں مریم ایک نسبت حاصل ہے وہ نبی دی ماں ہے عیسیٰ پاک تو ساڈے نبی علیہ السلام دی بیٹی نو تین فضیلت حاصل ہے آج سے نسبت سے کسی تین نو کہہ دے آج سے نسبت حضرت زہرا عزیز ادھر پہلی نسبت کیڑی ہے نور چشم رحمت للعالمین اے بی بی نبی پاک دیا کھڑا نور ہے آئی امام اولین و آخری بانوے آتاجدار حلتا مرتضی مشکل کشا شیر خدا مادر آمر کسے پرکاریش مادر آن قافلہ سالاریش مریم کا فاطمہ سے بھلا کیا مقابل مریم تو عابدہ ہے عبادت ہے فاطمہ مریم اس کے پوتے کا زمین پر مقتدی سا بنے اس کے پوتے کا زمین پر مقتدی سا بنے مریم کسی نے پوچھا کہ خاتون جنا کون آہستہ سے رضوان نے کہا مریم Yeah.
ਜਿਹੜਾ ਬਾਬਰ ਸ਼ਾਹ ਕਲੰਦਰ ਦਾ ਪੀਰ ਹੈ ਚੌਕੂਟਾ ਵਿੱਚ ਰੋਸ਼ਨ ਹੋਏ ਬਾਬਰ ਸ਼ਾਹ ਕਲੰਦਰ ਬਦਰ ਮੁਨੀਰ ਇਸ ਜੱਟੀ ਦਾ ਰਾਜਣ ਬਾਬਰ ਸ਼ਾਹ ਜਿਹੜੀ ਜੰਗ ਸਿਆਲਾਂ ਦੀ ਹੀਰ ਇਸ ਜੱਟੀ ਦਾ ਜੰਗ ਸਿਆਲਾਂ ਦੀ ਹੀਰ ਬਾਬਰ ਸ਼ਾਹ ਕਲੰਦਰ ਮੇਰੇ ਆਲਾ ਦਾ ਰੱਖ ਲੀ ਤੇਰਾ ਕਲੰਦਰੀ ਰਿੰਦ ਫਕੀਰ ਬਾਬਰ ਸ਼ਾਹ ਪ੍ਰਿਆ ਸਲਾਮਤ
Yeah.
I'm not afraid.